ਆਪਾਂ ਦਾਨ ਪੁੰਨ ਕੀਤੇ ਹੀ ਸੀ ਜਾਓਗੇ ਹੁਣ ਆਪਣੀ ਗੱਡੀ ਦਾ ਭਰਾ ਸੇਵ ਲੈਣੀ ਇਹ ਕੋਈ ਨਾ ਕੋਈ ਪੈਸੇ ਦਿੱਤੇ ਹੋਏ ਆ ਲੈਣ ਵਾਲੀ ਅੱਗੇ ਕਰੀ ਲੈਣ ਅੱਗੇ ਕਰੀ ਜਤਿਨ ਜੀ ਤੁਸੀਂ ਤੁਹਾਡੇ ਕੈਮਰੇ ਚੈੱਕ ਕਰਾਓ ਮੈਂ ਤਾਂ ਇਹਦੇ ਕੈਮਰੇ ਦੀ ਗੱਲ ਕਰ ਰਿਹਾ ਹਾਂ ਬੰਦ ਕਰਨਾ ਤੁਸੀਂ ਕਹਿ ਕੇ ਲੱਗੇ ਡਿਊਟੀ ਮੈਂ ਤਾਂ ਚੈੱਕ ਕਰਵਾਓ ਮੈਂ ਤਾਂ ਕਹਿ ਰਿਹਾ ਗੱਲ ਕਹੀ ਵੀ ਮੈਂ ਕੈਮਰੇ ਚੈੱਕ ਕਰਵਾਉਣਾ ਮੈਂ ਨਹੀਂ ਗੱਲ ਨਹੀਂ ਕਹੀ ਮੈਂ ਕੈਮਰੇ ਚੈੱਕ ਕਰਵਾਉਣਾ ਸ਼੍ਰੀਮਾਨ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸੀਂ ਚੈੱਕ ਕਰਵਾਉਣਾ ਤੁਹਾਨੂੰ ਮੈਂ ਦੱਸਦਾ ਇੱਕ ਮਿੰਟ ਜੇ ਕੋਈ ਸਾਡਾ ਸਰਕਾਰੀ ਕੈਮਰਾ ਲੱਗੇ ਨਾ ਅਸੀਂ ਪੁਲਿਸ ਨੂੰ ਕਹਿੰਦੇ ਹੁਣੇ ਚੈੱਕ ਕਰਦੇ ਆ ਜਾ ਕੇ ਦੱਸੋ ਅਜੇ ਫੋਨ ਤੇ ਕਰ ਰਹੀ ਆ ਭਾਈ ਅਸੀਂ ਉਹੀ ਕਰਨ ਚੱਲੇ ਸੀ ਹਾਂ ਜੀ ਅਸੀਂ ਉਹੀ ਕਰਨ ਚੱਲੇ ਸੀ ਉਹ ਕੈਮਰੇ ਚੈੱਕ ਕਰੋ ਹਾਂ ਉਹ ਕਹਿ ਰਹੀ ਆ ਹਾਂ ਹਾਂ ਗੱਡੀ ਆ ਵੀ ਨਾਲ ਹੀ ਆ ਮੇਰੇ ਪੁੱਛਣਾ ਤੁਹਾਨੂੰ
ਗੋਪਾਲ ਮੰਦਰ ਗਲੀ ਦੇ ਬਾਹਰ ਖਵਾਜਾ ਕੋਠੀ ਚੌਂਕ 'ਤੇ ਸਾਡੀ ਅਸੀਂ ਰੋਟੀ ਖਾ ਰਹੇ ਸੀ, ਸਾਨੂੰ ਪਤਾ ਲੱਗਿਆ ਕਿ ਬਾਹਰ ਨੀਚੇ ਹਮਲੇ ਜਿਹਾ ਹੋਇਆ ਵਾ, ਇੱਟਾਂ ਉੱਟਾਂ ਮਾਰੇ ਆ ਲੋਕ, ਅਸੀਂ ਭੱਜੇ ਨੀਚੇ ਆਏ ਦੇਖਿਆ ਗੱਡੀਆਂ ਟੁੱਟੀਆਂ ਚੱਲੀ ਪਿਆ, ਇੱਥੇ ਰੋਡ 'ਤੇ ਕੱਚ ਕੱਚ ਹੋਇਆ ਪਿਆ, ਗੁੰਡਾਗਰਦੀ ਸਾਫ਼ ਹੈ, ਪੁਲਿਸ ਪ੍ਰਸ਼ਾਸਨ ਨੂੰ ਕੁਛ ਕਰਨਾ ਚਾਹੀਦਾ, ਨਹੀਂ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਲੰਘਦੀਆਂ, ਇਹਨਾਂ ਦਾ ਨਿਕਲਣਾ ਵੀ ਦੁਸ਼ਵਾਰ ਹੋ ਗਿਆ ਜੀ, ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੀ, ਬਹੁਤ ਬਹੁਤ ਨੁਕਸਾਨ ਕਰ ਗਏ, ਨੁਕਸਾਨ ਤਾਂ ਬਹੁਤ ਹੋ ਗਿਆ, ਗੱਡੀਆਂ ਚੱਲੀ ਪਿਆ ਟੁੱਟੀਆਂ ਪਈਆਂ ਜੀ, ਇੱਥੇ ਬਹੁਤ ਗੱਡੀਆਂ ਟੁੱਟੀਆਂ ਸਾਰੇ ਰੋਡ 'ਤੇ ਕੱਚ ਕੱਚ ਹੋਇਆ ਪਿਆ, ਮੇਰੇ ਹਿਸਾਬ ਦੇ ਨਾਲ ਕਰੋੜ ਡੇਢ ਕਰੋੜ ਦਾ ਨੁਕਸਾਨ ਹੋ ਗਿਆ, ਪੁਲਿਸ ਨੂੰ ਹਾਂਜੀ ਪੁਲਿਸ ਆਈ ਹੈ, ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਉਹ ਕਹਿੰਦੇ ਸਵੇਰੇ ਦੇਖਾਂਗੇ ਜੋ ਆਪਣਾ ਨਿਊ ਐਜ਼ ਆ ਕੈਮਰੇ ਦੇ ਵਿੱਚ ਜੋ ਵੀ ਆਇਆ ਸਵੇਰੇ ਕਾਰਵਾਈ ਹੋ ਗਈ ਇਹਦੀ ਸਾਰੀ। ਮੇਰਾ ਨਾਮ ਬਲਜੀਤ ਸਿੰਘ, ਖਵਾਜਾਗੜ ਚੌਂਕ ਬਲਚਮਨ ਗਲੀ ਦਾ ਰਹਿਣ ਵਾਲਾ ਮੈਂ। ਇਹ ਵਾਰਦਾਤ ਇੱਕ ਘੰਟਾ ਕੁ ਪਹਿਲਾਂ ਨਾ ਕੁਛ ਬੰਦੇ 40-50 ਬੰਦੇ ਇਕੱਠੇ ਹੋ ਕੇ ਆਏ ਆ, ਉਹਨਾਂ ਨੇ ਆਉਂਦਿਆਂ ਸਾਰ ਬੇਸਬੋਲ ਕਿਰਪਾਨਾਂ ਜੋ ਉਹਨਾਂ ਕੋਲ ਸਮਾਨ ਸੀ, ਗੱਡੀਆਂ ਦੇ ਸ਼ੀਸ਼ੇ ਵਗੈਰਾ ਜੋ ਵੀ ਹੈ ਸਾਰੇ ਤੋੜੇ ਆ, ਇੱਥੇ 30-40 ਗੱਡੀਆਂ ਇੱਥੇ ਤੋੜੀਆਂ, ਅੱਗੇ ਸ਼ੰਗਲਾਸ਼ ਵਾਲੇ ਮੰਦਰ ਕੋਲ ਤੋੜੀਆਂ, ਔਰ ਤੋੜਦੇ ਹੋਏ ਉਹ ਬਾਹਰ ਚਲੇ ਗਏ, ਕਿਸੇ ਦੇ ਹੱਥ ਨਹੀਂ ਆਏ ਬੰਦੇ। ਨਿਹਰੀ ਗੁੰਡਾਗਰਦੀ ਸੀਗੀ। ਅੱਛਾ, ਕੀ ਕਾਰਨ ਲੱਗਦਾ ਤੁਹਾਨੂੰ? ਹੁਣ ਕਾਰਨ ਤਾਂ ਹੁਣ ਫੜੇ ਜਾਣ 'ਤੇ ਪਤਾ ਲੱਗੇਗਾ ਜੀ ਕੀ ਕਾਰਨ ਹੈ, ਵੀ ਕਿਉਂ ਇੰਨੇ ਸ਼ਰਾਰਤੀ ਅਨਸਰ ਨੇ ਜਿਹੜੇ ਕਿ
ਬਾਕੀ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਹੁਣ ਆਣਗੇ ਤਾਂ ਪਤਾ ਲੱਗੇਗਾ ਏਰੀਆ ਗੁਲਚਮਨ ਗਲੀ ਹੈ ਜੀ ਇਹ ਪੁਲਿਸ ਕਿੰਨੇ ਵਜੇ ਆਈ ਹੈ ਅਤੇ ਕੀ ਕਾਰਵਾਈ ਪੁਲਿਸ ਨੂੰ ਤਾਂ ਚਲੋ ਫੋਨ ਕਰਿਆ ਸੀ ਆ ਗਏ ਉਹਨਾਂ ਨੇ ਵੀ ਕਿਹਾ ਸੀ ਵੀ ਕੈਮਰੇ ਕੁਮਰੇ ਚੈੱਕ ਕਰਕੇ ਉਸ ਤੋਂ ਬਾਅਦ ਦੱਸਾਂਗੇ ਅੱਗੇ ਵੀ ਇੱਦਾਂ ਦੀ ਕਾਂਡ ਹੋਇਆ ਜਾਂ ਪਹਿਲੀ ਪਹਿਲੀ ਵਾਰੀ ਹੋਇਆ ਇਹ ਕਾਂਡ ਸਮਾਈ ਲੈਂਦਾ ਨਾਮ ਹੈ ਮੇਰਾ ਗੁਲਚਮਨ ਗਲੀ 'ਚ ਰਿਹਾਇਸ਼ ਹੈ ਮੇਰੀ ਅਤੇ ਸਵਾ ਕੁ ਦਸ ਵਜੇ ਦੇ ਵਿੱਚ ਫੋਨ ਆਏ ਬੰਦੇ ਇੱਧਰ ਅਤੇ ਹੁਣੀ ਫਰੈਂਡ ਦਾ ਬਾਹਰੋਂ ਫੋਨ ਆਇਆ ਜਿੰਨੀਆਂ ਵੀ ਗੱਡੀਆਂ ਬਾਹਰ ਖੜੀਆਂ ਸਾਰਿਆਂ ਦੇ ਸ਼ੀਸ਼ੇ ਤੋੜ ਕੇ ਨੰਗੀਆਂ ਕਿਰਪਾਨਾਂ ਅਤੇ ਦਾਤਾਂ ਵਗੈਰਾ ਸੀਗੀਆਂ ਉਹਨਾਂ ਕੋਲ 40-50 ਗੱਡੀਆਂ ਦਾ ਨੁਕਸਾਨ ਕਰ ਗਏ ਇੱਟਾਂ ਮਾਰੀਆਂ ਕਿਰਪਾਨਾਂ ਮਾਰੀਆਂ ਚੱਕ ਚੱਕ ਕੇ ਨਿਰੀ ਇਹ ਤਾਂ ਗੁੰਡਾਗਰਦੀ ਹੋ ਗਈ ਨਾ ਕੋਈ ਗੱਡੀ ਸਬੂਤੀ ਛੱਡੀ ਨਹੀਂ ਸਾਰੀ ਅੱਗੋਂ ਪਿੱਛੋਂ ਸਾਰਾ ਕੁਝ ਹੀ ਤੋੜ ਗਏ ਉੱਧਰੋਂ ਸਟਾਰਟ ਹੋਏ ਮੁਲਤਾਨੀ ਜਵੈਲਰਸ ਹੈ ਸਾਡੇ ਇੱਥੇ 3 ਨੰਬਰ ਦੇ ਕੋਲ ਡਿਵੀਜ਼ਨ ਦੇ ਕੋਲ ਮੁਲਤਾਨੀ ਜਵੈਲਰ ਤੋਂ ਲੈ ਕੇ ਸ਼ੰਗਲਾ ਸ਼ਾਲੇ ਮੰਦਰ ਤੱਕ ਗੱਡੀਆਂ ਤੋੜਦੇ ਗਏ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਇਹ ਸਾਰੀਆਂ ਗੱਡੀਆਂ ਦੀ ਸਾਰਾ ਕੁਝ ਹੀ ਨੁਕਸਾਨ ਕਰਕੇ ਚਲੇ ਗਏ ਪੁਲਿਸ ਵੱਲੋਂ ਕਾਰਵਾਈ ਹੋਈ ਹੈ ਕਿ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਸੀਗੀ ਨਾਲ ਹੀ ਉਹ ਕਹਿੰਦੇ ਹੁਣ ਕੈਮਰੇ ਕੁਮਰੇ ਕਹਿੰਦੇ ਚੈੱਕ ਕਰਵਾਓ ਕਹਿੰਦੇ ਸਾਨੂੰ ਕੈਮਰੇ ਹੁਣ ਅੱਧੀ ਰਾਤ ਨੂੰ ਤੁਹਾਡੇ ਸਾਹਮਣੇ 11:30 ਦਾ ਟਾਈਮ ਹੈ ਇਸ ਟਾਈਮ ਕੈਮਰੇ ਕੁਮਰੇ ਜਿਨ੍ਹਾਂ ਦੇ ਵੀ ਲੱਗੇ ਹੈ ਅਗਲੇ ਆਪਣੇ ਘਰੋਂ ਘਰ ਹੀ ਬੈਠੇ ਇਸ ਟਾਈਮ ਕੈਮਰੇ ਕੁਮਰੇ ਕੌਣ ਦੇਖੂਗਾ ਹੁਣ ਕਹਿੰਦੇ ਇਹ ਕਹਿੰਦੇ ਕਿ ਕੈਮਰੇ ਕੁਮਰੇ ਚੈੱਕ ਕਰਾਓ ਫਿਰ ਹੀ ਦੇਖਦੇ ਹਾਂ ਕਹਿੰਦੇ ਸਰ ਕਿੱਥੋਂ ਤੁਸੀਂ ਆਏ ਹੋ ਥਾਣੇ ਤੋਂ ਆਏ ਮੈਂ ਥਾਣਾ 2-3 ਤੋਂ ਆਇਆ ਜੀ ਮੈਂ ਐਡੀਸ਼ਨ ਅਸਿਸਟੈਂਟ ਹਾਂ ਜੀ ਮੇਰੀ ਚੈਕਿੰਗ ਡਿਊਟੀ ਹੈ ਮੈਨੂੰ ਹੁਣ ਮੈਸੇਜ ਮਿਲਿਆ ਸੀ ਇੱਥੇ ਹੋ ਗਈ ਮੈਂ ਜਸਟ 2 ਮਿੰਟ ਆ ਗਿਆ ਇੱਥੇ ਕਿੰਨੀਆਂ ਗੱਡੀਆਂ ਤੁਹਾਨੂੰ ਦੇਖਣ ਮਿਲੀਆਂ ਟੁੱਟੀਆਂ ਮੈਂ ਕਿਹਾ ਜੀ ਮੈਨੂੰ 4-5 ਗੱਡੀਆਂ ਮਿਲੀਆਂ ਨੇ ਇਹ ਬੰਦੇ ਕਹਿਣਗੇ ਮੈਂ ਹੁਣ ਕਮਰੇ ਚੈੱਕ ਨੂੰ ਤਿਆਰ ਹਾਂ ਜੀ ਜਿਹੜੇ ਵੀ ਕੈਮਰੇ ਚੈੱਕ ਕਰਨੇ ਮੈਂ ਹੁਣ ਚੈੱਕ ਨੂੰ ਤਿਆਰ ਹਾਂ ਜਿੱਥੇ ਵੀ ਜਾਣਾ ਚਾਹੁੰਦਾ ਮੈਨੂੰ ਨਾਲ ਤਿਆਰ ਹਾਂ ਜੀ ਤੁਹਾਨੂੰ ਹੋ ਸਕਦਾ ਮੈਨੂੰ ਨਹੀਂ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਵੀ ਸ਼ਰਾਰਤੀ ਬੰਦੇ ਨੇ ਜਾਂ ਇਹਨਾਂ ਦੇ ਨਾਲ ਕੋਈ ਕਿੱਦਾਂ ਬਿਹੇਵ ਹੈ ਮੈਂ ਤਿਆਰ ਹਾਂ ਜੀ ਇਹ ਕੈਮਰੇ ਚੈੱਕ ਕਰਾਉਣਗੇ ਮੈਂ ਚੈੱਕ ਹੁਣ ਤਿਆਰ ਹਾਂ ਜਦੋਂ ਇਨਫੋਰਮੇਸ਼ਨ ਮਿਲੀ ਆ ਦੀ ਮੈਂ ਵਿਦਨ 2 ਮਿੰਟ ਵਿੱਚ ਇੱਥੇ ਆ ਗਿਆ ਵਿਦਨ 2 ਮਿੰਟ ਭਾਈ ਸਾਹਿਬ ਜਦੋਂ ਸਾਨੂੰ ਕੋਈ ਮੈਸੇਜ ਮਿਲੂਗਾ ਤਦ ਹੀ ਆਵਾਂਗੇ ਅਸੀਂ 50 ਮਿੰਟ ਦਾ ਕੰਮ ਹੀ ਹੈ ਜੀ ਇੱਥੇ ਇੰਨੇ ਮੁੰਡੇ ਰਾਤ ਨੂੰ ਖੜੇ ਰਹਿੰਦੇ ਆ 2-2 ਵਜੇ ਤੱਕ ਰਾਤ ਨੂੰ ਉਹਦੇ ਪਿੱਛੇ ਇੱਕ ਵਾਰੀ 2 ਵਜੇ ਰਾਤ ਨੂੰ ਗੱਡੀ ਦੇ ਸ਼ੀਸ਼ੇ ਬਣ ਕੇ ਗਏ ਮੁੰਡੇ ਦੇਖੋ ਤੂੰ ਕਮ ਸੇ ਕਮ 2 ਮਹੀਨੇ ਪਹਿਲਾਂ ਰਾਤ ਨੂੰ 2 ਵਜੇ ਗੱਡੀ ਦੇ ਸ਼ੀਸ਼ੇ ਬਣੇ ਉਦੋਂ ਵੀ ਕੋਈ ਕਾਰਵਾਈ ਇੰਨੀ ਨਹੀਂ ਹੋਈ ਜਦੋਂ ਤੁਹਾਡਾ ਕੋਈ ਮੈਸੇਜ ਮਿਲਦਾ ਹੈ ਅਸੀਂ ਤੁਹਾਡੇ ਨਾਲ ਖੜਦੇ ਨਹੀਂ ਜ਼ਿੰਮੇਵਾਰੀ ਤਾਂ ਪੁਲਿਸ ਪ੍ਰਸ਼ਾਸਨ ਦੀ ਬਣਦੀ ਹੈ